ਸਤਿ ਸ੍ਰੀ ਅਕਾਲ ਜੀ ਅਸੀਂ ਇਸ ਵਕਤ ਖੜੇ ਆ ਪਿੰਡ 14 ਦੇ ਵਿੱਚ ਜੋ ਕਿ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਹੁਣ ਮਲੇਰਕੋਟਲਾ ਜ਼ਿਲ੍ਹਾ ਬਣ ਗਿਆ ਤਾਂ ਹੁਣ ਮਲੇਰਕੋਟਲੇ ਨਾਲ ਜੋੜਿਆ ਗਿਆ ਇਸ ਪਿੰਡ ਨੂੰ ਤਾਂ ਉੱਥੇ ਖੜੇ ਆ ਉੱਥੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਤੁਹਾਡੀ ਸਕਰੀਨ ਤੇ ਫੋਟੋ ਆ ਰਹੀ ਹੈ ਇੱਕ ਨੀ ਪੱਥਰ ਦੀ ਫੋਟੋ ਆ ਰਹੀ ਹੈ ਜੋ ਚਰਚਾ ਦੇ ਵਿੱਚ ਹੋ ਗਈ ਸੀ ਕਿ ਨੀ ਪੱਥਰ ਦੇ ਉੱਪਰ ਇਹ ਲਿਖਿਆ ਗਿਆ ਕਿ ਗੁਰਦੁਆਰਾ ਐਸਸੀ ਗੁਰਦੁਆਰੇ ਦਾ ਦਰਗਾਟਨ ਜਿੱਤੋਂ ਬਾਅਦ ਵਿਵਾਦ ਛੜਿਆ ਪੂਰਾ ਵਿਵਾਦ ਛੜਿਆ ਕਿ ਐਸਸੀ ਗੁਰਦੁਆਰੇ ਦਾ ਕੀ ਮਤਲਬ ਗੁਰਦੁਆਰਾ ਗੁਰਦੁਆਰਾ ਹੈ ਗੁਰਦੁਆਰੇ ਦੇ ਵਿੱਚ ਜਾਤ ਧਰਮ ਅਜਿਹਾ ਕੁਝ ਲਿਖਣਾ ਕੀ ਵਾਜਬ ਹੈ ਤਾਂ ਉੱਥੇ ਵਿਵਾਦ ਛੜ ਗਿਆ ਤਾਂ ਉਹ ਵਿਵਾਦ ਛੜਨ ਤੋਂ ਬਾਅਦ ਚਰਚਾ ਇੰਨੀ ਬਣੀ ਕਿ ਹੁਣ ਜਿਹੜਾ ਉਹ ਨਹੀਂ ਪੱਥਰ ਦੇ ਕੋਲ ਅਸੀਂ ਪਹੁੰਚੇ ਤਾਂ ਨਹੀਂ ਪੱਥਰ ਹੁਣ ਕਹਿ ਦਿੱਤਾ ਕਿ ਨਹੀਂ ਪੱਥਰ ਬਦਲਾ ਦਿੱਤਾ ਗਿਆ ਤਾਂ ਹੁਣ ਨਹੀਂ ਪੱਥਰ ਤੇ ਲਿਖ ਦਿੱਤਾ ਕਿ ਪਿੰਡ 14 ਵਿਖੇ ਦਰਵਾਜ਼ੇ ਦੇ ਅੱਗੇ ਨਵੇਂ ਬਣੇ ਔ ਸਾਰੀ ਕੇਸਰ ਸਿੰਘ ਜੋ ਕਿ ਪਹਿਲਾਂ ਇੱਥੇ ਲੈਣ ਲਿਖੀ ਗਈ ਸੀ ਐਸਸੀ ਵਾਲੀ ਉਹ ਹੁਣ ਬਦਲਾ ਦਿੱਤੀ ਗਈ ਹੈ ਕਿ ਕੀ ਕਾਰਨ ਬਣੇ ਕਿਉਂਕਿ ਆ ਚਰਚਾ ਬਣ ਗਈ ਸੀ ਪੂਰੇ ਪੰਜਾਬ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਜਿਵੇਂ ਸਾਡੇ ਚੱਲਦਾ ਰਹਿੰਦਾ ਕਿ ਗੁਰਦੁਆਰੇ ਸਾਡੇ ਵੰਡੇ ਹੋਏ ਆ ਗਰੀਬਾਂ ਦਾ ਗੁਰਦੁਆਰਾ ਅੱਡ ਬਣਾ ਦਿੱਤਾ ਜਾਂਦਾ ਹੈ ਅਮੀਰਾਂ ਦਾ ਅੱਡ ਇਸ ਤਰੀਕੇ ਦੇ ਨਾਲ ਜੋ ਗੁਰਦੁਆਰਾ ਜਿਸ ਨੇ ਜਾਤ ਪਾਤ ਨੂੰ ਖਤਮ ਕੀਤਾ ਸੀ ਸਾਡੇ ਧਰਮ ਦੇ ਵਿੱਚ ਜਿਸ ਚੀਜ਼ ਨੂੰ ਪ੍ਰਵਾਨਗੀ ਨਹੀਂ ਸੀ ਉਹ ਕਿਉਂ ਇਹ ਚੀਜ਼ ਸਾਹਮਣੇ ਆਈ ਤਾਂ ਇਹ ਵਿਵਾਦ ਛੜਿਆ ਇੱਥੇ ਪਿੰਡ ਦੇ ਲੋਕ ਵੀ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਹੋਸ਼ ਬਾਈ ਕਦੋਂ ਰੱਖਿਆ ਗਿਆ ਸੀ ਪੁਰਾਣਾ ਨਹੀਂ ਪੱਥਰ ਸਵੇਰੇ 4-5 ਦਿਨ ਪਹਿਲਾਂ ਰੱਖਿਆ ਗਿਆ ਸੀ 4-5 ਦਿਨ ਪਹਿਲਾਂ ਤੇ ਫਿਰ ਕਿਵੇਂ ਪਿੰਡ ਦੇ ਵਿੱਚ ਵੀ ਇਹ ਗੁੱਸਾ ਆਇਆ ਕਿ ਬਾਹਰੋਂ ਹੀ ਲੋਕਾਂ ਦੇ ਦਬਾਅ ਪੈਣ ਕਰਕੇ ਬਦਲਿਆ ਇਹ ਪਿੰਡ ਦੇ ਵਿੱਚ ਵੀਰੇ ਬਹੁਤ ਗੁੱਸਾ ਲੋਕਾਂ ਨੂੰ ਆਇਆ ਇਸ ਗੱਲ ਤੇ ਤੇ ਬਾਹਰਲੇ ਲੋਕਾਂ ਨੇ ਵੀ ਬਹੁਤ ਗੱਡੀਆਂ ਉਰੇ ਆਈਆਂ ਬਾਹਰੋਂ ਵੀ ਤੇ ਉਹਨਾਂ ਨੂੰ ਵੀ ਬਹੁਤ ਇਹ ਗੱਲ ਦਾ ਤਰਾਜ ਹੋਇਆ ਕਿ ਗਰੀਬ ਵਾਰੇ ਅਮੀਰ ਦਾ ਮਤਲਬ ਇਹਨਾਂ ਨੂੰ ਧਰਮ ਦੇ ਵਿੱਚ ਵੰਡਿਆ ਗਿਆ ਲੋਕਾਂ ਨੂੰ ਕਿਉਂਕਿ ਗੁਰਦੁਆਰਾ ਸਾਰਾ ਇੱਕ ਹੀ ਹੁੰਦਾ ਆਪਣਾ ਇਹ ਨਹੀਂ ਕੱਲ ਗਰੀਬ ਦਾ ਹੋਵੇ ਚਾਹੇ ਅਮੀਰ ਦਾ ਹੋਵੇ ਗ੍ਰੰਥ ਸਾਹਿਬ ਸਾਰਿਆਂ ਦਾ ਇੱਕ ਹੈ ਠੀਕ ਹੈ ਤੇ ਇਸ ਕਰਕੇ ਵੀਰ ਜੀ ਇਹ ਗੱਲ ਦਾ ਇਹਨਾਂ ਨੂੰ ਬਹੁਤ ਮਤਲਬ ਦੁੱਖ ਲੱਗਿਆ ਵੀ ਇਹਨਾਂ ਨੇ ਐਸੇ ਲਖਾਇਆ ਗਿਆ ਤੇ ਇਸ ਕਰਕੇ ਵੀਰੇ ਇਹਨਾਂ ਨੇ ਇਹ ਗੱਲ ਦਾ ਰੌਲਾ ਪੈ ਗਿਆ ਆਪਣੇ ਇਹ ਕਿਹਨੇ ਇਹ ਨੀ ਪੱਥਰ ਰੱਖਿਆ ਕਿਹਦੇ ਵੱਲੋਂ ਗਿਆ ਸੀ ਹਾਂਜੀ ਨੀ ਪੱਥਰ ਰੱਖਿਆ ਇਹ ਵੀਰ ਜੀ ਆਪਣੇ ਜਿਹੜੀ ਆਪਣੇ ਕਮੇਟੀ ਹੈ ਮਤਲਬ ਸਰਪੰਚ ਚੁਣੀ ਹੋਗੇ ਮੈਂਬਰ ਹੋਗੇ ਇਹਨਾਂ ਵੱਲੋਂ ਜੀ ਇਹ ਨੀ ਪੱਥਰ ਰੱਖਿਆ ਤੇ ਜਿਨ੍ਹਾਂ ਨੇ ਇਹ ਸਾਰੀ ਕੀਤੀ ਹੈ ਇਹ ਸੈਟ ਦੀ ਹਾਂ ਇਹਨਾਂ ਵੱਲੋਂ ਸੈਕਟਰੀ ਹੋਗੇ ਪੰਚਾਇਤ ਸੈਕਟਰੀ ਹੋ ਗਿਆ ਉਨ੍ਹਾਂ ਵੱਲੋਂ ਜੀ ਤੇ ਹੁਣ ਕਦੋਂ ਬਦਲਾਇਆ ਗਿਆ ਇਹ ਵੀਰ ਜੀ ਇਹਨੂੰ 3-4 ਦਿਨ ਹੋ ਗਏ ਜੀ ਉਸ ਤੋਂ ਬਾਅਦ ਚ ਇਹਨਾਂ ਦੀ ਕੋਈ ਸੈਟੀਸਫਾਈ ਹੋਣ ਤੋਂ ਬਾਅਦ ਚ ਇਹਨੂੰ ਚੇਂਜ ਕੀਤਾ ਗਿਆ ਆਪਣੀ ਇਹ ਗਲਤੀ ਨੂੰ ਮੰਨਦੇ ਨੇ ਇਸ ਗੱਲ ਨੂੰ ਵੀ ਸਾਤੋਂ ਗਲਤੀ ਆ ਤੇ ਇਸ ਕਰਕੇ ਇਹਨੂੰ ਚੇਂਜ ਕੀਤਾ ਗਿਆ ਜੀ ਹਾਂ ਜੀ ਹਾਂ ਜੀ ਇਹ ਇਹ ਮਤਲਬ ਤੁਹਾਨੂੰ ਕਿਵੇਂ ਲੱਗਿਆ ਵੀ ਕਿ ਪਿੰਡ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਹੈ ਜੋ ਚਾਹੇ ਉਹ ਕਿਸੇ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਦੇ ਵਿੱਚ ਜਾਤ ਧਰਮ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ ਤੇ ਅਜਿਹਾ ਲਿਖਣਾ ਸ਼ਬਦਾਂ ਦੇ ਉੱਤੇ ਇਹ ਕਿਵੇਂ ਪਿੰਡ ਵਾਸੀਆਂ ਦੀ ਬਹੁਤ ਮਾੜੀ ਗੱਲ ਹੈ ਜੀ ਇਹਨਾਂ ਦੀ ਵੀ ਐਵੇਂ ਲਿਖਣਾ ਨਹੀਂ ਚਾਹੀਦਾ ਇਹੀ ਗੱਲ ਪਿੱਛੇ ਸਾਰੇ ਲੋਕਾਂ ਨੂੰ ਤਰਾਜ ਹੋਇਆ ਜੀ ਨੌਜਵਾਨ ਵੀ ਨੇ ਗੱਲਬਾਤ ਕਰਦੇ ਆ ਇਹ ਪਿੰਡ ਤੇ ਚਰਚਾ ਦੇ ਵਿੱਚ ਹੋ ਗਿਆ ਕਿ 14 ਪਿੰਡ ਦੇ ਵਿੱਚ ਇੱਕ ਨੀ ਪੱਥਰ ਨੇ ਬੁਵਾਸ਼ ਛੇੜਤਾ ਕਿ ਉੱਤੇ ਐਸਸੀ ਲਿਖਿਆ ਜਾਣਾ ਕਿੰਨਾ ਕਿ ਸਹੀ ਮੰਨਦੇ ਹੋ ਗੁਰਦੁਆਰਾ ਜੋ ਸਾਨੂੰ ਇੰਜ ਤੋਂ ਦੂਰ ਕਰਦਾ ਜਾਤ ਪਾਤ ਇਹ ਵੀਰੇ ਕੋਈ ਨਹੀਂ ਗਲਤੀ ਹੋਈ ਸੀ ਇਹ ਕੋਈ ਐਡਾ ਕੋਈ ਤਾਂ ਲੋਕਾਂ ਨੂੰ ਹੀ ਬਣਾ ਲਿਆ ਲੜਾਈ ਪਵਾ ਦਿੰਦੇ ਨੇ ਲੋਕਾਂ 'ਚ ਵੀਰੇ ਇਦਾਂ ਦੀ ਕੋਈ ਗੱਲ ਨਹੀਂ ਇਹਦਾ ਨਾ ਜਦੋਂ ਅਸੀਂ ਵੀਰੇ ਨੀ ਪੱਥਰ ਲੈ ਕੇ ਆਏ ਸੀਗੇ ਔਰ ਇਹ ਇਹ ਸਾਡੇ ਵੀ ਗੌਰ ਚ ਨਹੀਂ ਆਇਆ ਸੀਗਾ ਇਹਦਾ ਕਿਸੇ ਨੇ ਗੌਰ ਕੀਤੀ ਹੋਣੀ ਆ ਜਲੋ ਵੀ ਹਨਾ ਵੀ ਆ ਐਸ ਸੀ ਲਿਖਿਆ ਗਿਆ ਅਸੀਂ ਦੁਬਾਰੇ ਵੀ ਪੜੇ ਹੁਣ ਵੀ ਨਹੀਂ ਕਈ ਵਾਰ ਆਪਾਂ ਗੌਰ ਨਹੀਂ ਕਰਦੇ ਹੁੰਦੇ ਹਨਾ ਵੀਰੇ ਪਤਾ ਨਹੀਂ ਲਾ ਦੰਦਾ ਉਹ ਬਸ ਇਦਾਂ ਹੀ ਲਿਖਾ ਲਿਆ ਉਹਨਾਂ ਨੇ ਕੋਈ ਐਡੀ ਵੀ ਇਹਨਾਂ ਨੇ ਗਲਤੀ ਮੰਨੀ ਵੀ ਆ ਵੀਰੇ ਕਮੇਟੀ ਵਾਲਿਆਂ ਨੇ ਹਨਾ ਇੰਨਾ ਜਿਨ੍ਹਾਂ ਤੋਂ ਬਣਿਆ ਸੀਗਾ ਸੈਕਟਰੀ ਸਾਹਿਬ ਨੇ ਬਣਾਇਆ ਸੀਗਾ ਸਾਨੂੰ ਦੱਸਿਆ ਸੀ ਕਹਿੰਦੇ ਵੀ ਦੇਖ ਲਓ ਹਨਾ ਵੀ ਠੀਕ ਆ ਸਾਨੂੰ ਜਾਨੀ ਕਿ ਇਦਾਂ ਦੇ ਕੋਈ ਗਲਤੀ ਦੇਖੀ ਨਹੀਂ ਪਰ ਬਾਅਦ ਵਿੱਚ ਜਦੋਂ ਪੋਸਟਾਂ WhatsApp ਤੇ ਸ਼ੇਅਰ ਹੋਈਆਂ ਉਦੋਂ ਸਾਨੂੰ ਪਤਾ ਲੱਗਿਆ ਵੀ ਇਹ ਇਦਾਂ ਹਨਾ ਵੀ ਐਸੀ ਲਿਖਿਆ ਗਿਆ ਪਰ ਇਹ ਚੀਜ਼ ਲਿਖਣੀ ਤਾਂ ਨਹੀਂ ਚਾਹੀਦੀ ਸੀ ਗਲਤੀ ਮੰਨੀ ਆਗੀ ਬਾਕੀ ਇਹ ਕੋਈ ਗਲਤੀ ਹੋਈ ਹੈ ਜਾਣ ਬੁੱਝ ਕੇ ਨਹੀਂ ਜਾਨੀ ਕਿ ਇਹਨਾਂ ਨੇ ਕਰਿਆ ਸੀਗਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਲੋਕ ਹੈ ਜੀ ਧਰਮ ਦੇ ਨਾਂ ਤੇ ਹਨਾ ਕਹਿੰਦੇ ਲੜਾਉਣੇ ਆਗਾ ਲੋਕਾਂ ਨੂੰ ਦਾ ਕੋਈ ਫਾਇਦਾ ਹੈ ਨਹੀਂਗਾ ਜੀ ਕੋਈ ਫਾਇਦਾ ਹੈ ਨਹੀਂ ਇਹ ਚੀਜ਼ਾਂ ਦਾ ਜਾਨੀ ਕਿ ਮੇਰੇ ਹਿਸਾਬ ਨਾਲ ਇੱਕ ਗੱਲ ਇੱਥੇ ਵੀ ਹੈ ਨਾ ਕਿਉਂਕਿ ਪਿੰਡਾਂ ਦੇ ਵਿੱਚ ਅਸੀਂ ਆਮ ਦੇਖਦੇ ਆ ਕਿ ਇਹ ਚੀਜ਼ ਆਉਂਦੀ ਵੀ ਆ ਸਾਹਮਣੇ ਕਿ ਦੋ ਦੋ ਗੁਰਦੁਆਰੇ ਬਣੇ ਹੋਏ ਆ ਗੱਲਸਨ ਗੁਰਦੁਆਰੇ ਦਾ ਮਕਸਦ ਤਾਂ ਇੱਕ ਹੀ ਹੋਣਾ ਚਾਹੀਦਾ ਨਾ ਕਿਉਂਕਿ ਗੁਰਦੁਆਰਾ ਤਾਂ ਸਾਂਝਾ ਹੈ ਜਦੋਂ ਦੋ ਦੋ ਗੁਰਦੁਆਰੇ ਬਣ ਜਾਂਦੇ ਆ ਇੱਕ ਚ ਇਹ ਕਹਿਤਾ ਜਾਂਦਾ ਕਿ ਗਰੀਬਾਂ ਦਾ ਹੈ ਇੱਥੇ ਦਲਿਤ ਲੋਕ ਜਾਂ ਐਸਸੀ ਲੋਕ ਆਉਣਗੇ ਇੱਕ ਪਾਸੇ ਕਹਿਤਾ ਜਾਂਦਾ ਕਿ ਇਹ ਪਿੰਡ ਦੇ ਵੱਡੇ ਲੋਕਾਂ ਦਾ ਇਹਦੇ ਕਰਕੇ ਵੀ ਇਹ ਚੀਜ਼ਾਂ ਪੈਦਾ ਹੋ ਰਹੀਆਂ ਆਣਾ ਨਿਹਗਰ ਰਵਿਦਾਸ ਬਾਬੇ ਦਾ ਮੰਦਿਰ ਹੈ ਨਾ ਇਦਾਂ ਕਹਿੰਦੇ ਆ ਬਾਕੀ ਵੀਰੇ ਕੋ ਲੋਕ ਹੈਗੇ ਨੇ ਵਧੀਆ ਨੇ ਜਿਹੜੇ ਚੰਗੇ ਲੋਕ ਨੇ ਇੱਕ ਮਨ ਦੇ ਅਗੁਰ ਗੁਰੂ ਗ੍ਰੰਥ ਸਾਹਿਬ ਨੂੰ ਆਉਂਦੇ ਆ ਮੱਥਾ ਟੇਕਣ ਉਰੇ ਆਉਂਦੇ ਆ ਵੀਰੇ ਜੀਮੀਦਾਰ ਆਉਂਦੇ ਆ ਸਾਰੀ ਕਸ਼ਟਾਂ ਤੇ ਆਉਂਦੇ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਆਪੋ ਆਪਣੀ ਸੋਚ ਹੁੰਦੀ ਆ ਵੀਰੇ ਹਰੇਕ ਦੀ ਹੈ ਨਾ ਬਿਲਕੁਲ ਬਿਲਕੁਲ ਰਵਿਦਾਸ ਮਹਾਰਾਜ ਵੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਨਾ ਪਾਣੀ ਹੈਗੀ ਆ ਨਾ ਵੀਰੇ ਰਵਿਦਾਸ ਜੀ ਦੀ ਬਾਣੀ ਹੈਗੀ ਆਗੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਇਹ ਤਾਂ ਲੋਕਾਂ ਦੀ ਆਪਣੀ ਆਪਣੀ ਸੋਚ ਆ ਇਹ ਲੋਕ ਲੜਾਉਂਦੇ ਹਣ ਬੇਅਦ ਵੋਟਾਂ ਲੈਣ ਲਈ ਆ ਸਾਰਾ ਕੁਝ ਵੀਰੇ ਹੈ ਨਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਲੋਕ ਹੁੰਦੇ ਆ ਕੋਸ ਵਿੱਚ ਪੜਕਾਉਂਦੇ ਆ ਲੋਕਾਂ ਨੂੰ ਉਹ ਇੱਥੇ ਵੀ ਇਹੀ ਕੁਝ ਹੋਇਆ ਸੀਗਾ ਵੀਰੇ ਕਿਸੇ ਨੇ ਚੱਕ ਲਿਆ ਹੋਣਾ ਮੁੱਦਾ ਕੋਈ ਹਰੇਕ ਦੀ ਤਾਂ ਨਿਗਾ ਚ ਆਈ ਨਹੀਂ ਹੈਗੀ ਇਹ ਗੱਲ ਕਹ ਰਿਹਾ ਪੱਥਰ ਪਹਿਲਾਂ ਵਾਲਾ ਫਿਰ ਵੀਰੇ ਖਾਇ ਮੈਂ ਕਹਾਂ ਵੀਰੇ ਜਦੇ ਬਾਅਦ ਥੋੜੇ ਦਿਨੇ ਲੱਗਿਆ ਸੀਗਾ ਵੀਰੇ ਉਹਦਾ ਕਿਸੇ ਨੇ ਗੌਰ ਕਰ ਲੇ ਕਿਸੇ ਨੇ ਵੀਰੇ ਪੜਕਾਉਣ ਲਈ ਬਾਅਦ ਖੜਾ ਪਾਰਟੀ ਵੇਚਦੀ ਪਾਰਟੀ ਕਰਕੇ ਹਾਂ ਪਾਰਟੀ ਕਰਕੇ ਹੋਇਆ ਸਰ ਇਹ ਕਿਸੇ ਨੇ ਪੜ੍ਹਿਆ ਧਿਆਨ ਨਹੀਂ ਦਿੱਤਾ ਕਿਸੇ ਨੇ ਵੀ ਉਹੀ ਗੱਲ ਹੈ। ਉਹੀ ਗੱਲ ਹੈ। ਹਾਂ। ਵੀਰੇ ਬੈਠੇ ਸੀਗੇ ਔਰ ਇਹ ਸਾਨੂੰ ਜਿਹੜੇ ਸੈਕਟਰੀ ਸਾਹਿਬ ਆ ਨਾ ਜਦੋਂ ਲੈ ਕੇ ਆਏ ਉਹਨਾਂ ਨੇ ਸਾਨੂੰ ਕਿਹਾ ਵੀ ਦੇਖ ਲਓ। ਉਹ ਸਾਡੇ ਵੀਰੇ ਨੀ ਨਿਗਾਹ 'ਚ ਨਹੀਂ ਆਈ। ਅਸੀਂ ਕਹਿ ਸਕਦੇ ਸੀ ਉਦੋਂ ਉਹ ਚੇਂਜ ਕਰਾ ਕਰਾ ਸਕਦੇ ਸੀਗੇ। ਇਹਦਾ ਚਲੋ ਕਿਸੇ ਦੇ ਨਿਗਾਹ 'ਚ ਆਇਆ ਉਹਨਾਂ ਨੇ ਦੱਸਿਆ ਉਹਨਾਂ ਨੇ ਗਰੁੱਪਾਂ 'ਚ ਪਾਇਆ ਜਿਵੇਂ ਕਹ ਲੋ ਵੀ ਲੜਾਉਣਾ ਹੁੰਦਾ ਇੱਕ ਲੋਕਾਂ ਨੂੰ ਹਨਾ ਵੀ ਥੋੜਾ ਜਿਹਾ ਲੜਾਈ ਜੀ ਸੱਡ ਜਾਵੇ। ਉਹੀ ਗੱਲ ਹੋ ਗਈ ਸੀ ਬਾ ਲੜਾਈ ਵਾਲੀ ਹੋ ਗਈ ਸੀਗਾ ਮੈਂਬਰ ਸਾਹਿਬ ਜੀ ਨੇ ਇਹਨਾਂ ਨੂੰ ਬਹੁਤ ਲੋਕਾਂ ਨੇ ਬੋਲਿਆਗਾ। ਵੀ ਇਹਦਾ ਨਾਮ ਹਨਾ ਜੀ ਜਿਹੜੋ ਹੁਣ ਮੈਂਬਰ ਹੁੰਦੇ ਨੇ ਉਹਨਾਂ ਦਾ ਨਾਮ ਤਾਂ ਲਿਖਿਆ ਹੀ ਜਾਂਦਾ ਹੁੰਦਾ ਹਨਾ ਨਹੀਂ ਬੱਤਰ ਰੱਖਿਆ ਉਹਨਾਂ ਦੀ ਮੌਜੂਦਗੀ ਦੇ ਵਿੱਚ ਵੀਰੇ ਜਿਹੜਾ ਕੰਮ ਹੁੰਦਾ ਆਪਣਾ ਨਾਮ ਹੁੰਦਾ ਹੀ ਆ ਉਹਨਾਂ ਦਾ ਲਿਖਿਆ ਜਾਂਦਾ ਹੁੰਦਾ ਤੁਸੀਂ ਮੈਂਬਰ ਹਾਂ ਜੀ ਤੁਸੀਂ ਉਹ ਵੈਸੇ ਪੜਿਆ ਨਹੀਂਗਾ ਵੀ ਇਹ ਚੀਜ਼ ਨਹੀਂ ਸਰ ਪੜਿਆ ਨਹੀਂ ਬਿਲਕੁਲ ਨਹੀਂ ਪੜਿਆ ਅਧਰਵਾਦ ਸਾਹਿਬ ਤਾਂ ਬਿਖੜਿਆ ਹੀ ਬਿਲਕੁਲ ਝੂਠ ਜ਼ੁਬਾਨ ਇਹਨਾਂ ਢੱਡ ਜਾ ਕਰਨੀ ਪਾਰਟੀ ਭੇਜ ਤੇ ਆਸ਼ਾ ਹਾਂ ਕੋਈ ਅਸੀਂ ਗੱਲ ਨਹੀਂ ਉੱਥੇ ਇਹ ਬਣਵਾਇਆ ਕਿਹਨੇ ਸੀ ਵੈਸੇ ਬਣਵਾਇਆ ਪੰਚਾਇਤ ਨੇ ਜੀ ਸੈਕਟਰੀ ਨੇ ਸਬਸੈਕਟਰੀ ਜਾਂ ਸੈਕਟਰੀ ਨੇ ਜੀ ਠੀਕ ਹੈ ਨਹੀਂ ਉਹ ਇਹ ਮਤਲਬ ਇਹ ਪਿੰਡ ਦੇ ਵਿੱਚ ਗੁਰਦੁਆਰੇ ਦਾ ਨਾਮ ਐਸਸੀ ਗੁਰਦੁਆਰਾ ਵਾਈਦਾ ਜਾਂ ਵੈਸੀ ਲਿਖਤਾ ਨਹੀਂ ਐਸੀ ਤਾਂ ਵੈਸੀ ਕੋਈ ਨਹੀਂ ਵੈਸੀ ਲਿਖਤਾ ਜੀ ਸਾਰਾ ਵੈਸੀ ਲਿਖਿਆ ਗਿਆ ਵੈਸੀ ਲਿਖਿਆ ਹਾਂ ਹਾਂ ਉਹਨੂੰ ਚੱਕਰ ਠੀਕ ਹੈ ਠੀਕ ਉਹਦੇ ਕਰਕੇ ਮਤਲਬ ਗਲਤੀ ਨਾਲ ਲਿਖਿਆ ਗਿਆ ਤੇ ਉਹ ਚਰਚਾ ਦਾ ਵਿਸ਼ਾ ਹਾਂ ਹਾਂ ਚਰਚਾ ਦਾ ਵਿਸ਼ਾ ਹਾਂ ਜੀ ਕੋਈ ਐਸੀ ਗੱਲ ਨਹੀਂ ਆ ਹਾਂ ਗੱਲਬਾਤ ਕੀਤੀ ਪਿੰਡ ਵਾਸੀਆਂ ਦੇ ਨਾਲ ਇੱਕ ਕਹਿਣਾ ਹੈ ਕਿ ਘੈਤਾ ਗਲਤ ਆ ਜੋ ਲਿਖਿਆ ਗਿਆ ਬਿਲਕੁਲ ਗਲਤ ਆ ਪਰ ਕਹਿੰਦੇ ਜਾਣ ਬੁੱਝ ਕੇ ਨਹੀਂ ਲਿਖਿਆ ਗਿਆ ਪਿੰਡ ਦੇ ਮੈਂਬਰ ਹੀ ਵਿੱਚ ਇਹਨਾਂ ਦਾ ਨਾਮ ਲਿਖਿਆ ਵਿੱਚ 24 ਵਿੱਚ ਸਾਨੂੰ ਉਹਨਾਂ ਨੇ ਦੱਸਿਆ ਕਿ ਸਾਡਾ ਮਕਸਦ ਕੋਈ ਅਜੀਹਾ ਨਹੀਂ ਸੀ ਨਾ ਸਾਨੂੰ ਪਤਾ ਸੀ ਜਦ ਪੱਥਰ ਆਇਆ ਜਦ ਇਹ ਵਾਇਰਲ ਹੋਇਆ ਤੇ ਚਰਚਾ ਦਾ ਵਿਸ਼ਾ ਬਣਿਆ ਤਾਂ ਉਸ ਤੋਂ ਬਾਅਦ ਸਾਡੇ ਧਿਆਨ ਦੇ ਵਿੱਚ ਆਇਆ ਤਾਂ ਨਹੀਂ ਪੱਥਰ ਵੀ ਹੁਣ ਬਦਲਾ ਦਿੱਤਾ ਗਿਆ ਹੈ ਚੰਗੀ ਗੱਲ ਹੈ ਕਿਉਂਕਿ ਜੇਕਰ ਗਲਤੀ ਹੁੰਦੀ ਹੈ ਤਾਂ ਗਲਤੀ ਸੁਧਾਰਨੀ ਜ਼ਰੂਰੀ ਹੈ ਪਰ ਇਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸੰਦੇਸ਼ ਜਾਣਾ ਜ਼ਰੂਰੀ ਹੈ ਕਿ ਜਿਹੜੇ ਗੁਰਦੁਆਰਾ ਸਾਹਿਬ ਹੈ ਚਾਹੇ ਉਹ ਕਿਸੇ ਵੀ ਗੁਰੂ ਨਾਲ ਸੰਬੰਧਤ ਹੋਣ ਕਿਸੇ ਵੀ ਭਗਤ ਨਾਲ ਸੰਬੰਧਤ ਹੋਣ ਉਹ ਸਭ ਦੇ ਸਾਂਝੇ ਨੇ ਕਿਉਂਕਿ ਗੁਰਦੁਆਰਾ ਜਪੁ ਸ਼ਬਦ ਜਿੱਥੇ ਆ ਗਿਆ ਉੱਥੇ ਜਾਤ ਪਾਤ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਚਾਰ ਦਰਵਾਜ਼ੇ ਰੱਖੇ ਗਏ ਸੀ ਹਰਮੰਦਰ ਸਾਹਿਬ ਦੇ ਇਸੇ ਕਰਕੇ ਕਿ ਕਿਸੇ ਵੀ ਧਰਮ ਜਾਤੀ ਮਾਜਬ ਕਿਸੇ ਵੀ ਦਸ਼ਾਵਾਂ ਦੇ ਲੋਕ ਇਹਦੇ ਵਿੱਚ ਆ ਸਕਦੇ ਨੇ ਨਤਮਸਤਕ ਹੋ ਸਕਦੇ ਨੇ ਤੇ ਸਭੇ ਸਾਂਝੀ ਵਾਲ ਦਾ ਸੰਦੇਸ਼ ਜਾਂਦਾ ਇੱਥੋਂ ਤਾਂ ਜਿਸ ਕਰਕੇ ਅਜਿਹੀਆਂ ਤਸਵੀਰਾਂ ਜਾਂਦਾ ਆਉਂਦੀਆਂ ਤਾਂ ਲੋਕਾਂ ਦਾ ਵੀ ਦੁਖੀ ਹੋਣਾ ਜ਼ਰੂਰੀ ਹੈ ਕਿਉਂਕਿ ਲੋਕਾਂ ਨੂੰ ਦੁੱਖ ਲੱਗਦਾ ਹੈ ਕਿ ਜਿਹੜਾ ਧਰਮ ਸਭ ਇੱਕ ਸੂਤਰ ਦੇ ਵਿੱਚ ਮੰਨਦਾ ਹੋਵੇ ਉਹ ਧਰਮ ਦੇ ਵਿੱਚ ਜੇ ਅਜੀਹਾ ਜਾਤ ਪਾਤ ਸਾਹਮਣੇ ਆਉਂਦੀ ਹੈ ਤਾਂ ਉਹ ਕਿਤੇ ਨਾ ਕਿਤੇ ਮਾੜੀ ਗੱਲ ਹੈ ਤਾਂ ਇਸੇ ਕਰਕੇ ਹੁਣ ਪਿੰਡ 14 ਦੇ ਵਿੱਚ ਤਸਵੀਰ ਦੁਆਰਾ ਦਿਖਾ ਦਿੰਨੇ ਆ ਕਿ ਨਹੀਂ ਪੱਥਰ ਆ ਜਿਹੜਾ ਉਹ ਬਦਲਾ ਦਿੱਤਾ ਗਿਆ ਜਿੱਤੋਂ ਲੋਕਾਂ ਨੂੰ ਲੱਗਿਆ ਕਿ ਗਲਤ ਲਿਖਿਆ ਗਿਆ ਤਾਂ ਉਹ ਨਹੀਂ ਪੱਥਰ ਹੁਣ ਬਦਲਾ ਦਿੱਤਾ ਗਿਆ ਲੋਕਾਂ ਦੇ ਰੋਧ ਦੇ ਚੱਲਦਿਆਂ ਲੋਕਾਂ ਦੇ ਗੁੱਸੇ ਦੇ ਚੱਲਦਿਆਂ ਪੰਚਾਇਤ ਵੱਲੋਂ ਜਿਹੜੀ ਉਹ ਤਬਦੀਲੀ ਕਰ ਦਿੱਤੀ ਗਈ ਹੈ ਹੁਣ ਇਸ ਵਕਤ ਜਿਹੜੀ ਗੱਲ ਜਿਹੜੀ ਸਾਹਮਣੇ ਨਿਕਲ ਕੇ ਆਈ ਹੋਈ ਹੈ ਇਹੀ ਹੈ ਕਿ ਜੋ ਭੁਲੇਖੇ ਜਾਣੇ ਅਣਜਾਣੇ ਦੇ ਵਿੱਚ ਹੋਇਆ ਉਸ ਤੋਂ ਲੋਕਾਂ ਨੇ ਇਹ ਵੀ ਮਾਫੀ ਮੰਗੀ ਹੈ ਤੇ ਕਹਿ ਵੀ ਦਿੱਤਾ ਹੈ ਕਿ ਹੁਣ ਨਹੀਂ ਪੱਥਰ ਵੀ ਨਵਾਂ ਰਖਾ ਦਿੱਤਾ ਹੈ ਕੈਮਰਾ ਪਰਸਨ ਹੈ ਹਮ ਤਾਈਟਲਾ ਦੇ ਨਾਲ ਮਨਿੰਦਰ ਜੀ ਸਿੱਧੂ ਲੋਕ ਵਾਈਟੀਵੀ